खबर देखी जाते सच राती मेरिया चप्पल चोरी हो गई पता नहीं कौन पा गया चलो कौन नहीं डंग सार दे फादर साहब नू कहने पैसे देन पापा जी क्या सुन 5,000 रुपया चाहिए जी चाहिए सरप्राइज ही कुछ नहीं फिर नहीं मिलने पैसे कादे वास्ते चाहिए तुम्हें ਸਾਡਾ ਮਿਲਕ ਬਦਾਮ ਵੀਰਾ ਟੱਕਰਿਆ ਏ ਸਾਨੂੰ ਧੱਕਾ ਕਰੀ ਜਾਦੇ ਵੀਰ ਜੀ ਇਹ ਜ਼ਿਆਦਾ ਧੱਕਾ ਤੇ ਸਰਪ੍ਰਾਈਜ਼ ਆ ਕੇ ਸ਼ੁਰੂ ਕਰਾਂਗੇ ਪਲੈਨਿੰਗ ਤੇ ਹੁਣ ਫੋਨ ਰੱਖਣ ਆਏ ਆ ਨਾਲੇ ਚਰਨੂ ਲੈਣ ਆਇਆ ਵਾਂ ਇਹ ਇਸ ਕਮਿੰਗ ਗਲੀ 'ਚ ਖੜਾ ਬਾਹਰ ਮੈਂ ਤੇ ਰੱਖ ਦਿੰਦੇ ਹਾਂ ਮੇਰੇ ਵਲੌਗ ਬਣਾਉਣਾ ਆ ਗਿਆ ਚੰਗਾ ਠੀਕ ਆ ਮੇਰਾ ਸ਼ੁਰੂ ਹੈ ਅਤੇ ਜੀ ਛੁੱਟੀ ਹੋ ਚੁੱਕੀ ਸੀ ਸਕੂਲੋਂ ਆ ਗਏ ਹਾਂ ਅਤੇ ਹੁਣ ਆਏ ਸੀ ਨਾਨੂ ਦੀ ਪੀਰ ਦੀ ਦੁਕਾਨ 'ਤੇ ਅਤੇ ਕਿਉਂਕਿ 5-6 ਮਿੰਟ ਪਏ ਸੀਗੇ ਅਤੇ ਮੈਂ ਕਿਹਾ ਵੀਰ ਨੂੰ ਮਿਲ ਗਏ ਫਿਰ ਟਿਊਸ਼ਨ ਜਾਂਦੇ ਹਾਂ ਆਹ ਸਾਡਾ ਵੀਰ ਆ ਗਿਆ ਆ ਗਿਆ ਵੀਰ ਕਹਿੰਦਾ ਮੈਂ ਚਲਾਉਣਾ ਹੈ ਪੱਬਜੀ ਦਾ ਕਰਦੇ ਹਾਂ ਵਲੌਗ ਅਜੇ ਆਪਣਾ ਬਣ ਡਿਆ ਵਾ ਨਾ ਮੈਂ ਕਿਹਾ ਵੀਰ ਨੂੰ ਲਿਆ ਕੇ ਫਿਰ ਅਤੇ ਨਾਲੇ ਨਾਨੂ ਵੀਰ ਨੇ ਅੱਜ ਨਵੀਆਂ ਔਫਰਾਂ ਕੱਢੀਆਂ ਅਤੇ ਨਾ ਦੱਸੀ ਨਾਨੂ ਵੀਰ ਕਿੰਨੇ ਦੀ ਸ਼ਰਟ ਕਿੰਨੇ 'ਚ ਤੁਸੀਂ ਦੱਸੋ ਕੱਢੇ ਜਿਹੜੀ 800 ਵਾਲੀ ਸ਼ਰਟ ਆ ਉਹ ਕਿੰਨੇ 'ਚ ਲੱਗ ਜੂ ਆਪਾਂ ਨੂੰ ਆਪਾਂ ਨੂੰ ਲੱਗ ਜੂ 800 ਵਾਲੀ ਸਾਢੇ 500 ਰੁਪਏ ਲਾ ਦਾਂਗੇ ਠੀਕ ਹੈ ਤੇ ਪੈਕਿੰਗ ਵੀ ਡਬਲ ਧੀਰੇ ਵਾਲਾ ਮਾਲ ਹੋਵੇ ਕੁਆਲਿਟੀ ਦਾ ਠੀਕ ਹੈ ਤੇ ਜਿਹੜੀ ਮਤਲਬ ਘੈਂਟ ਪੈਂਟ ਆ ਜਿਹੜੀ ਸਿਰੇ ਦੀ ਵੈਲ ਜਿਵੇਂ ਮੰਨ ਲਓ ਪ੍ਰੋਪਰ ਬੈਲ ਦੇ ਦਾਂਗੇ ਆਪਾਂ 700 ਰੁਪਏ ਠੀਕ ਆ ਜਿਹਨੂੰ ਆਪਾਂ ਬੈਲ ਕਹਿ ਦਿੰਦੇ ਆ ਨਾਲੇ ਰੰਗ ਉੱਡੂਗਾ ਕੋਈ ਕੰਪਲੇਂਟ ਆਉਗੀ ਹਾਂ ਉਹ ਬੈਕ ਉਹ ਰਿਪਲੇਸਮੈਂਟ ਹੈਗੀ ਆ ਤੇ ਸਾਰੇ ਜਣੇ ਮੇਰੇ ਵੀਰ ਮਸਟ ਵਿਜ਼ਿਟ ਤੇ ਡਿਸਕਾਊਂਟ ਲਈ ਯੂਜ਼ ਹੈ ਸਕਸਨੀਰ ਦਾ ਨਾਮ ਲੈ ਦਿਓ ਵਾਧੂ ਹੈ ਤੇ ਭਰਾ ਤੁਹਾਨੂੰ ਚੰਗੀ ਸੇਵਾ ਕਰੂਗਾ ਤੇ ਆਇਓ ਸਾਰੇ ਜਣੇ ਆਹ ਬੱਸ ਸਟੈਂਡ ਦੇ ਤੇ ਜੀ ਆ ਗਏ ਆ ਰੋਮੀ ਵੀਰ ਕੋਲ ਤੇ ਲੋਕੇਸ਼ਨ ਮਤਲਬ ਜਮਾਂ ਸਹੀ ਬਣਾਉਣੀ ਸੀ ਮਤਲਬ ਕਿ ਪਤਾ ਲੱਗੇ ਕਿ ਟੈਟੂ ਬਣਾਉਣ ਆਏ ਹਾਂ ਅਤੇ ਫਿਰ ਲਾਉਂਦੇ ਘਰਦਿਆਂ ਨੂੰ ਫੋਨ ਅਤੇ ਦੇਖੀ ਜਾਇਓ ਕੀ ਬਣਦਾ ਤਾਂ ਹੀ ਵੈਸੇ ਘੈਂਟ ਹੀ ਲਾਵਾਂਗੇ ਸਿਰਾ ਲਾਵਾਂਗੇ ਜੇ ਕਿਸੇ ਵੀਰ ਭਰਾ ਨੇ ਟੈਟੂ ਬਣਾਉਣਾ ਹੋਵੇ ਇੱਥੇ ਆ ਸਕਦਾ ਬਹੁਤ ਘੈਂਟ ਟੈਟੂ ਬਣਾਉਂਦਾ ਮੇਰਾ ਵੀਰ ਰੋਮੀ ਆਰਟਿਸਟ ਚੈੱਕ ਕਰ ਲਓ ਨੰਬਰ ਰੋਮੀ ਵੀਰ ਆਏ ਅਤੇ ਜਿਹੜੇ ਜਿਹੜੇ ਵੀਰ ਨੇ ਟੈਟੂ ਬਣਾਉਣਾ ਹੋਵੇ ਕੰਟੈਕਟ ਕਰੋ ਨੰਬਰ ਮੈਂ ਪਹਿਲਾਂ ਹੀ ਤੁਹਾਨੂੰ ਦਿਖਾਤਾ ਸੀਗਾ ਅਤੇ ਲੱਗੇ ਹਾਂ ਮਿੱਤਰੋ ਕਰਨ ਕਾਂਡ ਆਪਾਂ ਫਿਰ ਟਲਦੇ ਨਹੀਂ ਘਰੋਂ ਫੋਨ ਆਈ ਜਾਂਦੇ ਕਿ ਪੁੱਤ ਸਰਪ੍ਰਾਈਜ਼ ਕੀ ਹੈ ਇਹ ਤਾਂ ਫਿਰ ਟਾਈਮ ਸਾਰ ਹੀ ਲੱਗੂ ਪਤਾ ਕੀ ਹੈ ਸਰਪ੍ਰਾਈਜ਼ ਪਤਾ ਨਹੀਂ ਕਿਹਦੀ ਸਹੇਲੀ ਆ ਨਾ ਮੈਂ ਲਿਖਾਉਣ ਡਿਆ ਵਾਂ ਚਲੋ ਕੋਈ ਨਹੀਂ ਵਲੌਗ ਪਿੱਛੇ ਕਰਨਾ ਪੈਂਦਾ ਬੜਾ ਕੁਛ ਨਹੀਂ ਨਹੀਂ ਵੀਰ ਸੈੱਟ ਹੈ ਨਹੀਂ ਟਲਦੇ ਚੋਬਰ ਕਹਿੰਦੇ ਕਹਿੰਦੇ ਨਿੰਮੋ ਦੀ ਗੋਤ ਲਿਖਾਉਣ ਲੱਗੇ ਆ ਨਿਮਰਤ ਖਹਿਰਾ ਬੇਬੀ ਤੈਨੂੰ ਪਤਾ ਨਹੀਂ ਤੇਰੇ 'ਤੇ ਕਿੰਨਾ ਕਰਾਸ਼ਾ ਮੈਨੂੰ
हैलो मम्मी किदा मैं टैटू बना लिया टैटू बना लिया दस दे बना लिया हूं तो ओ बना लिया हूं मैं की करा जी कीता बना लिया ओ यार समझ आ भी कर सहेली का बना लिया पक्की गल हाँ वीडियो कॉल वाला मैं सुन उ चल ठीक चल चल इधरों तो मिल गई तो जी माता लो तो पूरी सिरे दियाँ मिल चुकिया वा तो बापू ने तो फिर कन्नियाँ तलवा देने प्रैंक महंगा ही पैना वैसे जिन्हें भी दस्या मेरे आप ना नहीं लैना जेडे वीर ने कहा अपन चल चलो फिर भी रिस्क लिया रिस्क है तो इश्क है हाय मेरी नमो बारह पढ़ लिया तो पेन की वैल्यू नहीं पता लगी तो अज पेन की लोड़ अज पता लगन दिया सही गल है ना नाल देनू भी क्या वैसे देखो आ जे तो वधिया नहीं तो फिर प्यार ही लूगा साढ़े तो और की है तेनू किने कहा स्टीक देखी आ सही है चल करदा मैं ओए हैं बूंदी वीर साडा है सही है वीर ने नाल दी नाल ही फोन ला लिया आहो आहो कट्टी माड़ा फोन यार चल करदा मैं देख लो वीर स्टीक ही पाई अजे खेरा दी अजे घरे जांदे नु की बहाना ते फोन ते फोन आन लग पिया ले मिस कर ला चलो जी ਕਹਿੰਦੇ ਪੰਗੜਾ ਪੰਗਾ ਤਗੜਾ ਹੀ ਲੈ ਲਿਆ ਸੁੱਖ ਨੇ ਬੋਲਿਆ ਵੀ ਨਹੀਂ ਜਾਂਦਾ ਸਹੀ ਤਰ੍ਹਾਂ ਹੈਲੋ ਬਾਕੀ ਹੁਣ ਘਰ ਦੇ ਦੱਸਣਗੇ ਦੇਖਿਓ ਫਰੈਂਡ ਤਾਂ ਹੀ ਬਲੌਗ ਲੱਗਦਾ ਟਾਈਮ ਬਹੁਤ ਹੈਲਪ ਕੀਤੀ ਭਰਾ ਨੇ ਥੈਂਕ ਯੂ ਵੀਰੇ ਤੇ ਆ ਸਾਡੇ ਕੋਚ ਸਾਹਿਬ ਹੇ ਸੱਚੇ ਪਾਤਸ਼ਾਹ ਰੱਖਿਆ ਕਰੀ ਅੱਜ ਘਰੋਂ फाइनली एट होम बस अज की दस गए ना होर नहीं कुछ पकौड़े खाने का पेपर पापा जी का गुस्सा अब जी खड़ा हो गुस्सा दिखाओ मना गलत किया नहीं कहो आंटिया मिटाया 4000 लगा मिटाया ले दस एवं कुड़ी का टैटू बनाया कुड़ी दा ने मां दा चेक कर ला सच्ची जो मैं कही है ना कुड़ी दा मैं कही है ना कुड़ी दा बनाया वाह मैं भजन राह चाहिए हूं मैं तड़के गया बापू मैं बापू ने घरों कटना क्या सरप्राइज की है मैं तू घरों कटेगा ਕਰ ਲੈਂਦਾ ਫਿਰ ਬਾਅਦ ਚ ਕਰ ਲੈਂਦਾ ਜੇ ਜੱਪ ਖਾਨੇ
ਜਾਣ ਕੇ ਕਰ ਦੋ ਨਾ ਜਾਣ ਕੇ ਲਗਵਾ ਦੋ ਜਿਹੜਾ ਮੈਂ ਫੋਟੋ ਦਿਖਾ ਨਾ ਮੇਰੇ ਟੈਟੂ ਦੀ ਦਿਖਾ ਸਾਡੀ ਬਾਤ ਲਿਖਿਆ ਨਾ ਤੇ ਹੈ ਨਹੀਂ ਹੁਣ ਫਿਰ ਮੈਂ ਕੀ ਕਰਾਂ ਹੁਣ ਬਣਾ ਲਿਆ ਕਹਿ ਦੇ ਆਂਟੀ ਨਹੀਂ ਕਹਿ ਦੇ ਫਿਰ ਹੁਣ ਇੰਨਾ ਤਾਂ ਕਰ ਹੀ ਸਕਦੀ ਆਂਟੀ ਮੇਰੇ ਲਈ ਅੰਦਰ ਜਾ ਵੜਾ ਡਾਂਗ ਲੈ ਉਹ ਪਈ ਡਾਂਗ ਦੋ ਚਾਰ ਨੀ ਜੁੱਤੀਆਂ ਬੰਨੀਆਂ ਹੁਣ ਮੈਂ ਕੀ ਕਰਾਂ ਮੈਂ ਪੰਪ ਚਾ ਕੇ ਬਣਾ ਲਿਆ ਮੰਮੀ ਖੋਲੀ ਖੋਲ ਤੇ ਸਹੀ ਨਹੀਂ ਖੋਲ ਆ ਦੇ ਕਹਿੰਦਾ ਰਿਹਾ ਮੈਨੂੰ ਸਾਡੇ ਵਾਲਾ ਬੇਅੰਤ ਕੁੜੇ ਕਿਵੇਂ ਆ ਗੈਰੀ ਸੰਧੂ ਆ ਕਿਧਰੋਂ ਗੈਰੀ ਸੰਧੂ ਲੱਗਦਾ ਨਿਮਰਤ ਖੈਰਾ ਨਕਲੀ ਆ ਕਿਹਨੇ ਸੁਜੈਸ਼ਨ ਦਿੱਤੀ ਸੀ ਘਰ ਦੇਣਾ ਪ੍ਰੈਂਕਰ ਤਾਂ ਹੀ ਤਾਂ ਪੈਸੇ ਮੰਗੀ ਜਾਂਦੇ ਤੜ ਕੇ ਮੈਂ ਕਿਹਾ ਬਾਪੂ 4000 ਨਹੀਂ ਕਹਿੰਦਾ ਪਹਿਲਾਂ ਰੀਜਨ ਦੱਸ ਰੀਜਨ ਦੱਸ ਮੈਂ ਕਿਹਾ ਮੈਂ ਮੇਰੀ ਗੱਲ ਤਾਂ ਸੁਣ ਮੈਂ ਸਟ੍ਰੀਕ ਪਾਈ ਜੱਪ ਦਾ ਫੋਨ ਹੋ ਗਿਆ ਖੈਰਾ ਕੌਣ ਆ ਫਿਰ ਰਿਕਾਰਡਿੰਗ ਤੇ ਆਉਂਦੇ ਤੇਰੇ ਪਤੰਦਰ ਨੂੰ ਪੱਠੇ ਕੁਦਰੀ ਜਾਂਦਾ ਮੈਂ ਤੈਨੂੰ ਦੱਸਾਂ ਬਾਪੂ ਦਾ ਫੋਨ ਆਈ ਜਾਵੇ ਕਹਿੰਦਾ ਫੋਨ ਚੱਕਦਾ ਨੀ ਪਿਆ ਤੇ ਆਇਆ ਫੋਨ ਤੇ ਕਹਿੰਦਾ ਕੀ ਸਰਪ੍ਰਾਈਜ਼ ਆ ਮੈਨੂੰ ਦੱਸ ਦੇ ਮੈਂ ਕਿਸੇ ਨੂੰ ਨੀ ਦੱਸਦਾ ਮੈਨੂੰ ਇੰਨੀ ਵਾਰੀ ਪੁੱਛਿਆ ਮੈਂ ਦੱਸਿਆ ਨੀ ਤੇ ਮੈਂ ਸਰਪ੍ਰਾਈਜ਼ ਆ ਮੈਂ ਇਹੋ ਜਿਹਾ ਵਾ ਤਾਂ ਘਰੋਂ ਕੱਢੋਗੇ ਨਹੀਂ ਨਹੀਂ ਸੱਚੀ ਗੱਲ ਦੱਸਾਂ ਮੇਰੇ ਤੋਂ ਬਾਹਲੀ ਐਕਟਿੰਗ ਨਹੀਂ ਹੋਈ ਕਿਸੇ ਨੇ ਫੀਲਿੰਗ ਚੱਕ ਕੇ ਆਉਣੀ ਆ ਹਾਏ ਮੇਰੀ ਮਾਤਾ ਲੈ ਆਪਾਂ ਮਾਤਾ ਤੋਂ ਇਲਾਵਾ ਕਿਸੇ ਦਾ ਟੈਟੂ ਬਣਾ ਸਕਦੇ ਹਾਂ ਕਦੇ ਵੀ ਨਹੀਂ ਬਾਪੂ ਤੋਂ ਨਹੀਂ ਅੱਜ ਬਾਪੂ ਤੋਂ ਇਲਾਵਾ ਅੱਜ ਮਾਤਾ ਨਹੀਂ ਇਹ ਕਹਿਣ ਦੇ ਛਿੱਤਰ ਪੈਣ ਤੋਂ ਮਸਾਂ ਬੱਚੇ ਆ ਮਿੱਤਰਾ ਗੱਲ ਲੈ ਵੀ ਮਿੱਤਰਾ ਬਚ ਚੁੱਕੇ ਆ ਇਹ ਹੁਣ ਚਾਚੀ ਨੂੰ ਦਿਖਾਉਂਦੇ ਹਾਂ ਕਹਿੰਦਾ ਰਿਹਾ ਹੈ ਸਾਡੇ ਵਾਲਾ ਬੇਅੰਤ ਕੁੜੇ ਮੇ ਆਈ ਕਮੈਨ ਯੈਸ ਹਾਊ ਆਰ ਯੂ ਟੈਟੂ ਬਣਾਇਆ ਤੇ ਹੋਰ ਸੌਂ ਲੱਗੇ ਕੀ ਬਣਵਾਇਆ ਕੁੜੀ ਦਾ ਨਾਂ ਉਦੋਂ ਗਾਲਾਂ ਪੈ ਘੜੀਆਂ ਮੈਂ ਇੱਧਰ ਆ ਗਿਆ ਹੁਣ ਸੱਚੀ ਆ ਦੇ ਬਣਾ ਕੇ ਲਿਆ ਲਾ ਲਓ ਕੋਈ ਕੱਖ ਨੀ ਹੁੰਦਾ ਨਹੀਂ ਝੂਠ ਬੋਲ ਕੇ ਮੈਂ ਕਿੱਥੇ ਜਾਣਾ ਮੈਨੂੰ ਬਾਪੂ ਤੋਂ ਗਾਲਾਂ ਪਈਆਂ ਨਾ ਕੁੜੀ ਦਾ ਨਾਮ ਆ ਖਾਦੀ ਵਾ ਕੁੜੀ ਦੀ ਗੋਤ ਲੈ ਕਮਲਾ ਕੀ ਆ ਡਰ ਆ ਯਾਰ ਮੈਨੂੰ ਕਿਸੇ ਦਾ ਮੈਂ ਮੂੰਹ ਨੀ ਡਰਦਾ ਡੁਰਦਾ ਸਿੱਧੀ ਗੱਲ ਆ ਉਹ ਮੇਰਾ ਬੇਲੀ ਆ ਨਾ ਉਹਦਾ ਸਟੂਡੀਓ ਆ ਉੱਥੇ ਬਣਵਾ ਲਿਆ ਬਸ ਜਾ ਕੇ ਕਹਿੰਦਾ ਬਣਾ ਦੇਣਾ ਕਿਹੜੀ ਗੱਲ ਆ ਹਾਏ ਮੈਂ ਇੱਥੇ ਨਾ ਨਿੱਕੀ ਜਿਹੀ ਕੁੜੀ ਵਾਹੁਣੀ ਸੀ ਉਹ ਗੋਲ ਮਟੋਲ ਜੀ ਉਹ ਬੋਦੇ ਖੜੇ ਕਰਕੇ ਉੱਥੇ ਨਾਂ ਲਿਖਾਉਣਾ ਕੈਸਾ ਲੱਗਾ ਮੇਰਾ ਮਜ਼ਾਕ ਫਿਰ ਉਹ ਕਹਿੰਦਾ ਆਉਟ ਜਿਹਾ ਲੱਗੂਗਾ ਕਹਿੰਦਾ ਐਂ ਪਤਾ ਤਾਂ ਲੱਗਦਾ ਰਹਿੰਦਾ ਸਾਰਿਆਂ 'ਤੇ ਭਾਰੀ ਪਾਤੀ ਸੀ ਬੀਬੀ ਮੈਂ ਟੈਟੂ ਬਣਾਇਆ ਇੱਧਰ ਦੇਖ ਟੈਟੂ ਬਣਾਇਆ ਮੈਂ ਚੰਗਾ
ਬੀਬੀ ਆਂਦੀ ਚੰਗਾ ਕੋਈ ਪ੍ਰੋਬਲਮ ਨਹੀਂ ਆ ਇੱਥੇ ਰੱਖ ਹੈਂ ਚੱਲ ਵਧੀਆ ਬੀਬੀ ਵੱਲੋਂ ਕਦੇ ਕੋਈ ਪ੍ਰੋਬਲਮ ਨਹੀਂ ਆਈ ਬੀਬੀ ਆਈ ਲਵ ਯੂ ਅਤੇ ਮੈਂ ਕਹਿੰਦਾ ਇੱਥੇ ਕਰ ਦਈਏ ਵਲੌਗ ਐਂਡ ਹਜੇ ਬਾਕੀਆਂ ਨੂੰ ਦਿਖਾ ਤਾ ਅਤੇ ਕਈਆਂ ਦੀ ਅਤੇ ਫਿਰ ਮੇਰੀ ਟਾਟਾ ਬਾਏ ਬਾਏ ਹੋ ਜਾਣੀ ਆ ਖੈਰ ਆ ਪਤਾ ਨਹੀਂ ਕੌਣ ਕਿੰਨ ਫੀਲ ਹੀ ਚੱਕ ਜਾਣੀ ਮੈਨੂੰ ਲਾਇਆ ਹਿਸਾਬ ਮੈਂ ਨਹੀਂ ਲੱਗਦਾ ਤਾਂ ਚੱਲ ਸੋਹਣਾ ਵਾ ਜੇ ਕਿਸੇ ਨੇ ਦੇਖ ਲਿਆ ਅਤੇ ਫਿਰ ਛਿੱਕ ਤਾਂ ਤੇਰੇ 'ਤੇ ਪਹਿਲੇ ਸੀ ਸੁੱਖਿਆ ਹੁਣ ਤਾਂ ਯਕੀਨ ਹੋ ਗਿਆ ਸਾਨੂੰ ਮਨ ਮਨ ਜਾ ਤੂੰ ਇਹਦੀ ਪੱਕੀ ਪੱਕੀ ਇਹ ਤੇਰੀ ਪੱਕੀ ਪੱਕੀ ਮਸ਼ੂਕ ਆ ਸਹੀ ਗੱਲ ਆ ਮੈਂ ਬਰਥਡੇ 'ਤੇ ਬਣਾਉਣਾ ਬਾਬੇ ਉਹ ਸਹੀ ਗੱਲ ਆ ਐਵੇਂ ਤਾਂ ਬਣਾਵਾਂਗੇ ਵੈਸੇ ਸ਼ੌਂਕ ਨੂੰ ਇਹ ਤਾਂ ਸੁੱਖ ਲਿਖਾ ਦੇਣਾ ਵਾ ਬਸ ਅਗਲੇ ਦਿਨ ਫਿਰ ਮਿਟ ਜਾਣਾ ਬਸ ਉਸ ਦਿਨ ਲਈ ਬਣਾਉਣਾ ਵਾ ਅਤੇ ਹੁਣ ਮਿਟ ਜਾਣਾ ਅਤੇ ਹੋਰ ਮੈਂ ਤਾਂ ਪਾਣੀ ਨਾਲ ਲੈ ਆਉਣਾ ਪਹਿਨਾ ਬਣਾਇਆ ਪਹਿਲਾਂ ਉੱਤੇ ਸ਼ਿਪ ਚੇਪਾ ਲਾਇਆ ਬਹੁਤ ਪੰਗੇ ਪੰਗੇ ਲਏ ਫੋਨ ਲਾਏ ਪਹਿਨ ਲਾ ਕੇ ਤੇ ਮੈਨੂੰ ਮੈਂ ਇੱਥੇ ਖੜਾ ਕਹਿੰਦਾ ਅਸੀਂ ਬੈਠੇ ਹਾਂ ਕਿਤੇ ਮੈਂ ਕਿਹਾ ਮੈਨੂੰ ਨਹੀਂ ਪਤਾ ਕਹਿੰਦਾ ਆ ਗਏ ਫਿਰ ਅਸੀਂ ਆ ਲੈ ਹੁਣ ਤਾਂ ਫੋਨ ਆ ਹੀ ਜਾਂਦਾ ਮੈਂ ਸਟੀਕ ਕਾਹਦੀ ਪਾਈ ਯਾਰ ਤਾਂ ਫਿਰ ਐਕਸ਼ਨ ਕੀ ਸੀ ਪਹਿਲਾਂ ਡਾਂਗ ਲਿਆ ਜੱਟ ਕੇ ਕਿਤੇ ਆ ਚੱਲ ਕੋਈ ਨਹੀਂ ਧੋ ਦੇ ਫਿਰ ਨਹੀਂ ਗੱਡੀ ਆਪਣੀ ਆਇਆ ਨਹੀਂ ਬਸ ਥੋੜ੍ਹੇ ਦਿਨਾਂ ਦਾ ਹੀ ਹਾਏ ਹਾਏ ਬਾਪੂ ਗੁੱਸੇ ਨਾਲ ਲਾਉਣ ਡਿਆ ਝਾਵਾਂ ਲਿਆ ਝਾਵਾਂ ਲਿਆ ਗੋਹੇ ਚ ਲਵੇੜ ਕੇ ਉਹਦੇ ਨਾਲ ਸਾਫ਼ ਹੋ ਗਈ ਇੱਥੇ ਰੱਖ ਵਰਦੀ ਵੀ ਤੂੰ ਖਰਾਬ ਕਰਤੀ ਨਹੀਂ ਵਰਦੀ ਕੱਖ ਨਹੀਂ ਖਰਾਬ ਵਰਦੀ ਸਕੂਲ ਦੀ ਇੱਜ਼ਤ ਕਰੀਦੀ ਹੁੰਦੀ ਆ ਸਕੂਲ ਦੀ ਇੱਜ਼ਤ ਹੀ ਆ ਕੀ ਖੈਰ ਉਹ ਕਹਿੰਦਾ ਮੋਨਿਕਾ ਲੈ ਦਿੰਦੇ ਮੈਂ ਕਿਹਾ ਲੈ ਦੱਸ ਘਰਦਿਆਂ ਨੇ ਕਹਿੰਦਾ ਐਡੀ ਮਾੜੀ ਪਸੰਦ ਮੈਂ ਕਿਹਾ ਤਾਂ ਚੱਲ ਮੰਨ ਵੀ ਲੈਣਗੇ ਮੈਂ ਸੁਣਿਆ ਫਾਦਰ ਸਾਹਿਬ ਸਰਪ੍ਰਾਈਜ਼ ਹੀ ਬੜਾ ਲਾਈਕ ਕਰਦੇ ਅੱਖਾਂ ਤੋਡੀਆਂ ਚੱਲ ਕੋਈ ਨੀ ਹੋ ਜਾਂਦਾ ਕਦੇ ਕਦੇ ਨਾ ਨਾ ਗੁੱਸਾ ਅਸੀਂ ਗੁੱਸੇ ਹੋ ਗਏ ਕਿੱਥੇ ਜਾਣਾ ਗਾੜੀ ਆ ਮੇਰਾ ਇਹ ਚਲੋ ਠੀਕ ਆ ਮਿੱਤਰੋ ਅਤੇ ਮੇਰਾ ਵੀਰ ਧਿਆਨ ਨਾ ਅੱਗੇ ਤੋਂ ਇਹੋ ਜਿਹੇ ਪ੍ਰੈਂਕ ਨਾ ਦਿਆ ਕਰੋ ਮੈਨੂੰ ਸੱਚੀ ਗੱਲ ਆ ਮੇਰੇ ਤੋਂ ਅੱਜ ਹੋਈ ਜੀ ਨਹੀਂ ਐਕਟਿੰਗ ਜਿੰਨੀ ਕੁ ਹੋ ਗਈ ਆ ਆਪਾਂ ਵੈਲ ਕੀਤੀ ਆ ਬਾਬਾ ਸੁੱਖ ਰੱਖੇ ਬਾਕੀ ਲਵ ਯੂ ਆਲ ਇੱਦਾਂ ਹੀ ਸਪੋਰਟ ਕਰਦੇ ਰਹੋ ਅਤੇ ਹੁਣ ਜਾ ਰਹੇ ਹਾਂ ਜਿੰਮ ਤੂੰ ਵੀਰੇ ਥੋੜ੍ਹਾ ਜਿਹਾ ਲੇਟ ਹੋ ਗਿਆ ਨਹੀਂ ਤੂੰ ਵੀ ਮੇਰਾ ਟੈਟੂ ਦੇਖ ਲੈਣਾ ਸੀ ਆ ਲੈ ਇਹੋ ਜਿਹਾ ਹੀ ਰਹਿ ਗਿਆ ਹੁਣ ਤਾਂ